विधानसभा हलका अटारी दे पिंड बोहड़ू विखे विधायक जसविंदर सिंह रामदास ने लोगों दी मुश्किलां सुनिया अते इन्हां दे हल दा भरोसा दिता। मनदीप सिंह, मनजीत सिंह, विक्रमजीत सिंह अते बलकार सिंह भी मौजूद सन। ਇਹ ਸਰਕਾਰ ਨੇ ਦੋ ਬਜਟ ਪੇਸ਼ ਕੀਤੇ ਆ ਤੁਹਾਡੇ ਲਈ, ਇੱਕ ਵੀ ਤੇ ਪਹੀਏ ਦਾ ਟੈਕਸ ਨਹੀਂ ਲਾਇਆ, ਇੱਕ ਨਿੱਕੇ ਪੈਸੇ ਦਾ ਟੈਕਸ ਨਹੀਂ ਲਾਇਆ ਭਗਵੰਤ ਮਾਨ ਨੇ, ਤਿੰਨ ਬਜਟ ਹੋਰ ਪੇਸ਼ ਕਰੇ ਨੇ ਔਰ ਤਿੰਨਾਂ 'ਚ ਕੋਈ ਟੈਕਸ ਨਹੀਂ ਲਾਇਆ। ਆਏ ਕੀਤਾ ਹੋਇਆ ਕਿ ਨਹੀਂ ਟੈਕਸ ਲਾਇਆ। ਅਗਰ ਇੱਕ ਪਹੀਆ ਕਿਸੇ ਚੀਜ਼ ਦਾ, ਇੱਕ ਚੱਪਲ ਦੀ ਕੀਮਤ ਹੀ ਵੱਧ ਗਈ ਹੈ ਨਾ 10 ਰੁਪਏ, ਤਾਂ ਉਹ ਮੋਦੀ ਕਰਕੇ ਵਧੇਗੀ, ਸਾਡੀ ਸਰਕਾਰ ਕਰਕੇ ਨਹੀਂ ਵਧੇਗੀ, ਕਿਉਂਕਿ ਅਸੀਂ ਟੈਕਸ ਹੀ ਨਹੀਂ ਲਾਉਂਦੇ। ਉਹ ਸਰਕਾਰਾਂ ਪਿੱਛੇ ਗਈਆਂ ਨੇ ਜਿਨ੍ਹਾਂ ਨੇ ਪੁਰਾਣੇ ਵੱਡੇ ਡੈਮ ਨਾਲ ਹਾਈਡਰ ਪ੍ਰੋਜੈਕਟ, ਜਿਹੜੇ ਬਠਿੰਡੇ ਵਾਲਾ ਬਿਜਲੀ ਵਾਲਾ ਸੀਗਾ, ਗੁਰਦਾਨ ਕਰਨਾ ਉਹੀ ਦੇ ਦਿੱਤਾ।